ਤੁਸੀਂ ਕੈਂਡੀਡੇਟਸ ਜਿਹੜੇ ਬਿਲਕੁਲ ਠੀਕ ਹੋ ਟੈਨਸ਼ਨ ਲਈ ਹੈ ਇਹਨੇ ਕਮੈਂਟ ਕਰ ਰਹੇ ਆ ਪੁੱਛ ਰਹੇ ਹੋ ਕੁਐਸਚਨ ਕਿ ਸਰ ਕਦੋਂ ਓਪਨ ਹੋਣਾ ਹੈ ਫਾਰਮ ਕਦੋਂ ਫਿਲ ਕਿਤੇ ਜਾਣੇ ਆ ਔਰ ਟੈਸਟ ਕਦੋਂ ਹੋਏਗਾ ਸੋ ਟੈਸਟ ਦੇ ਬਾਰੇ ਜੋ ਜਾਣਕਾਰੀ ਮਿਲੀ ਹੈ ਉਹ ਸਿੱਧੇ ਤੌਰ ਤੇ ਨਹੀਂ ਹੈ ਆਫੀਸ਼ੀਅਲ ਜਾਣਕਾਰੀ ਨਹੀਂ ਹੈ ਹਾਂ ਮਿਲੀ ਆਫਿਸ ਦੇ ਵਿੱਚੋਂ ਹੀ ਹੈ ਡਾਇਰੈਕਟਰ ਸੌਰੀ ਕੋਆਰਡੀਨੇਟਰ ਮੈਡਮ ਨਾਲ ਜੋ ਗੱਲ ਬਾਤ ਕਿਸੇ ਦੀ ਹੋਈ ਹੈ ਉਹਨਾਂ ਤੋਂ ਮੈਂ ਜਾਣਕਾਰੀ ਲਈ ਹੈ ਤੁਹਾਡੀ ਇਸ ਨਾਲ ਟੈਨਸ਼ਨ ਜ਼ਰੂਰ ਘਟ ਜਾਏਗੀ ਕਿਉਂਕਿ ਪੀਰੀਅਡ ਪਤਾ ਲੱਗ ਜਾਂਦਾ ਹੈ ਕਿ ਕਿੰਨੀ ਦੇਰ ਚ ਅਸੀਂ ਤਿਆਰੀ ਕਰਨੀ ਹੈ ਕਦੋਂ ਰਿਜ਼ਲਟ ਆਣਾ ਹੈ ਤੇ ਪੋਰਟਲ ਓਪਨ ਨਾ ਹੈ ਜਿਹੜਾ ਪੋਰਟਲ ਇੱਥੇ ਲਿਖ ਕੇ ਮੈਨੂੰ ਮਜ਼ਾ ਆਉਂਦਾ ਹੈ ਤਾਂ ਸਿਮਰਨ ਸਰ ਦਾ ਇਹ ਸਾਡੀ ਟੀਮ ਦੇ ਮੈਂਬਰ ਹੋਣਗੇ ਜਦੋਂ ਇੰਟਰਸਟੈਸ ਦੀ ਤਿਆਰੀ ਕਰਨੀ ਟੈਟ ਦੀ ਤਿਆਰੀ ਕਰਨੀ ਹੈ ਅਸੀਂ ਸਿਲੈਕਸ਼ਨ ਟੈਸਟ ਦੀ ਤਿਆਰੀ ਕਰਨੀ ਹੈ ਇਹਨਾਂ ਦੀ ਇਹਨਾਂ ਦੇ ਸਾਥ ਦੇ ਨਾਲ ਕਰਨੀ ਹੈ ਪੋਰਟਲ ਓਪਨ ਹੋਏਗਾ 14 ਜੂਨ ਓਕੇ ਔਰ ਲਾਸਟ ਡੇਟ ਕੀ ਹੋਏਗੀ ਅੱਜ ਮੈਂ ਹੋਲੀ ਬੋਲ ਰਿਹਾ ਨਾ ਕਿਉਂਕਿ ਤੁਹਾਨੂੰ ਖਬਰ ਮਿਲ ਰਹੀ ਹੈ ਲਾਸਟ ਡੇਟ ਫਾਰਮ ਫਿਲ ਦੀ ਹੋਏਗੀ ਕਿਹੜੀ 16 ਜੁਲਾਈ ਹੈ ਇਟ ਮੀਨਸ ਲਗਭਗ 1 ਮਹੀਨਾ ਤੁਹਾਨੂੰ ਫਾਰਮ ਫਿਲਿੰਗ ਲਈ ਮਿਲ ਰਿਹਾ ਹੈ ਪਿਛਲੀ ਵਾਰ ਵੀ 1 ਮਹੀਨਾ ਲਗਭਗ ਮਿਲਿਆ ਸੀ ਮਿਲਦਾ ਹੈ ਇਹ ਤੁਸੀਂ ਜਿਹੜੇ ਤਿਆਰੀ ਕਰਨਾ ਚਾਹੁੰਦੇ ਹਨ ਜਾਂ ਜਿਹੜੇ ਟੈਸਟ ਦੇਣਾ ਚਾਹੁੰਦੇ ਹਨ ਉਹ ਪਹਿਲੀਆਂ ਡੇਟਸ ਵਿੱਚ ਫਿਲ ਕਰ ਲੈਣ ਬਾਅਦ ਵਾਲੀਆਂ ਡੇਟ 16 ਜੁਲਾਈ ਦੇ ਕੋਲ ਜਾ ਕੇ ਜਿਹੜੇ ਕੌਂਸ਼ੀਅਸ ਹੁੰਦੇ ਹਨ ਉਹ ਤੰਗ ਹੁੰਦੇ ਆ ਨਾਰਮਲੀ ਤੰਗ ਹੁੰਦੇ ਆ ਡੇਟ ਨਾਰਮਲੀ ਐਕਸਟੈਂਡ ਨਹੀਂ ਹੁੰਦੀ ਅ ਦੂਸਰਾ ਜਿਨ੍ਹਾਂ ਨੇ ਟੈਸਟ ਸੌਰੀ ਪਿਛਲਾ ਗ੍ਰੈਜੂਏਸ਼ਨ ਦੇ ਐਗਜ਼ਾਮ ਚੱਲ ਰਹੇ ਆ ਰਿਜ਼ਲਟ ਦੀ ਵੇਟ ਕਰ ਰਹੇ ਆ ਉਹ ਵੇਟ ਕਰਦੇ ਕਰਦੇ ਇੱਥੇ ਤੱਕ ਪਹੁੰਚ ਜਾਂਦੇ ਆ ਤੁਹਾਨੂੰ ਇਹ ਯੂਨੀਵਰਸਿਟੀ ਹਰ ਹਾਲਤ ਵਿੱਚ ਕਹੇਗੀ ਕਿ ਜਿਨ੍ਹਾਂ ਜਿਹੜੇ ਪੋਸਟ ਗ੍ਰੈਜੂਏਸ਼ਨ ਜਾਂ ਗ੍ਰੈਜੂਏਸ਼ਨ ਦੇ ਬੇਸ ਤੇ ਵੀ ਆਇਡੈਂਟਿਟੀ ਐਲੀਜੀਬਲ ਹੋਣਗੇ ਉਹ ਇਹ ਫਾਰਮ ਫਿਲ ਕਰ ਸਕਦੇ ਆ ਸੋ ਬਿਨਾ 6th ਸੈਮ ਦੇ ਰਿਜ਼ਲਟ ਦੇ ਤੁਸੀਂ ਇਹ ਫਾਰਮ ਫਿਲ ਕਰ ਸਕਦੇ ਹੋ ਇੱਕ ਮਹੀਨਾ ਤੁਹਾਨੂੰ ਇਸ ਦੀ ਮਿਲਣਾ ਹੈ ਹਾਂ ਜਿਹੜੀ ਥੋੜੀ ਜੀ ਕਿਸੇ ਕਿਸੇ ਲਈ ਟੈਨਸ਼ਨ ਨਹੀਂ ਨੈਕਸਟ ਵੀਡੀਓ ਚ ਸਾਰਾ ਦੱਸਦੇ ਆਂ ਜਿਹੜਾ ਕੋਰਸ ਪੂਰਾ ਤੁਹਾਡੇ ਲਈ ਲਾਂਚ ਕਰ ਰਹੇ ਆਂ ਔਰ ਕੀ ਕੀ ਉਹਦੇ ਖੂਬੀਆਂ ਹੋਣਗੀਆਂ ਤੇ ਕਿਸ ਤਰ੍ਹਾਂ ਦਾ ਸਾਡਾ ਐਜੂਕੇਸ਼ਨ ਦਾ ਇਹ ਸਫਰ ਗਵਰਨਮੈਂਟ ਜੌਬ ਤੱਕ ਜਾ ਸਕਦਾ ਹੈ ਹਨ ਅਸੀਂ ਇਨੀ ਕਰਨਾ ਮੈਂ ਨਹੀਂ ਕਰਦਾ ਮਤਲਬ ਕਿਸੇ એનર્ਜੀ ਨਾਲ ਹੁੰਦਾ ਹੈ ਜੇ ਉਸਨੇ ਚਾਇਆ ਤੇ ਹੋਏਗਾ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡਾ ਹੈ ਐਂਟਰਸ ਟੈਸਟ ਐਂਟਰੈਂਸ ਟੈਸਟ ਹੈ ਥੋੜਾ ਲੇਟ ਹੈ ਪਿਛਲੀ ਵਾਰ ਨਾਲੋਂ ਅ ਪਿਛਲੀ ਵਾਰ ਮੇਰੇ ਖਿਆਲ 31 ਜੁਲਾਈ ਸੀ ਇਹ ਕਿਹੜੇ ਵਾਲਾ ਕਲਰ ਸਰ ਇਹ ਲੈ ਲਈਏ ਅ ਐਤ ਕੀ ਹੈ 4 ਆਗਸਟ ਸੋ so, 4 ਅਗਸਤ ਤੋਂ ਬਾਅਦ ਤੁਹਾਡੀ ਗਾਈਡੈਂਸ ਐਂਡ ਕਾਉਂਸਲਿੰਗ ਦੂਸਰੀ ਚਲੇਗੀ ਮੇਰਾ ਕੰਬੀਨੇਸ਼ਨ ਮੇਰੇ ਇਹ ਹੈ ਡਿਸਕ੍ਰੀਪੈਂਸੀ ਰਹਿ ਗਿਆ ਸੋ ਸਾਡਾ ਸਫਰ ਲੰਬਾ ਹੈ ਸਾਡੇ ਲਈ ਡੇਟਸ ਨੇ ਮੈਂ ਦੁਬਾਰਾ ਦੱਸਨਾਂ ਵਾ ਇਹ ਵਰਬਲ ਇਨਫੋਰਮੇਸ਼ਨ ਹੈ ਆਈ ਆਫਿਸ ਵਿੱਚੋਂ ਹੈ ਸੋ ਇਸ ਮੁਤਾਬਕ ਤੁਸੀਂ ਦੇਖ ਸਕਦੇ ਹੋ ਆਪਣੀ ਤਿਆਰੀ ਕਰ ਸਕਦੇ ਹੋ ਡਾਕੂਮੈਂਟ ਕਿਹੜੇ ਉਸ ਦੀ ਵੱਖਰੀ ਤੋਂ ਵੀਡੀਓ ਆ ਜਾਏਗੀ ਜਿਹੜੇ ਤੁਹਾਨੂੰ ਚਾਹੀਦੇ ਹੋਣਗੇ ਫਾਰਮ ਫਿਲਿੰਗ ਲਈ ਤੁਸੀਂ 에ਰਰ ਨਾਰਮਲੀ ਕਿਹੜੀਆਂ ਕਰਦੇ ਹਾਂ ਪਿਛਲੀ ਵੀਡੀਓ ਮੈਂ ਪਬਲਿਸ਼ ਕਰ ਚੁੱਕਾ ਹਾਂ ਉਹ ਦੇਖ ਸਕਦੇ ਹੋ ਉਹ 에ਰਰ ਤੋਂ ਬਚਣਾ ਹੈ ਵਿਸ਼ੇਸ਼ ਕਰਕੇ ਰੂਰਲ ਵਾਲੀ एरर सब तो ज्यादा ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਗਾਈਡੈਂਸ ਕਈ ਕੁਐਸਚਨ ਦੇ ਜਵਾਬ ਤੁਹਾਡੇ ਮੈਂ ਅਜੇ ਤੱਕ ਨਹੀਂ ਦੇ ਸਕਿਆ ਕਾਰਨ ਸੀ ਕੁਝ ਸੈਟਿੰਗ ਕਰ ਰਹੀ ਸੀ ਤੁਹਾਡਾ ਕੋਰਸ ਜਿਹੜਾ ਲਰਨਿੰਗ ਮੈਨੇਜਮੈਂਟ ਸਿਸਟਮ ਦੇ ਨਾਲ ਲਿੰਕ ਕਰਕੇ ਸਰ ਦੀ ਸਰ ਦੇ ਸਾਥ ਦੇ ਨਾਲ ਮੈਂ ਸਿਮਰਨ ਸਰ ਦੇ ਸਾਥ ਦੇ ਨਾਲ ਜੋ ਕਰ ਰਹੀ ਆ ਸੋ ਉਹ ਉਹਦੇ ਵਿੱਚ ਤੁਹਾਡੇ ਲਈ ਹੀ ਟਾਈਮ ਲੱਗ ਰਿਹਾ ਹੈ ਸੋ ਉਹ ਵੀ ਬਸ ਇਸ ਤੋਂ ਬਾਅਦ ਨੈਕਸਟ ਵੀਡੀਓ ਵਿੱਚ ਇੰਟਰੋਡਿਊਸ ਕਰਾਨੇ ਆ ਤੇ ਤੁਸੀਂ ਕਿਸ ਤਰ੍ਹਾਂ ਉਹਦੇ ਵਿੱਚ ਐਂਟਰ ਹੋ ਸਕਦੇ ਐਨਰੋਲ ਹੋ ਸਕਦੇ ਆ ਉਹਦੇ ਫਾਇਦੇ ਕੀ ਹੋਣਗੇ ਉਹ ਸਾਰੇ ਡਿਸਕਸ ਕਰਦੇ ਹਾਂ ਇਸ ਰਿਗਾਰਡਿੰਗ ਕੋਈ ਹੋਰ ਕੁਐਸਚਨ ਹੋਵੇ ਕਮੈਂਟ ਕਰ ਸਕਦੇ ਹੋ ਤਿਆਰੀ ਤੋਂ ਘਬਰਾਉਣਾ ਨਹੀਂ ਹੈ ਵਾਦੂ ਜਾਂ ਅਨਰੀਅਲਿਸਟਿਕ ਗੱਲਾਂ ਨਹੀਂ ਕਰਾਂਗਾ ਜੋ ਰੀਅਲਿਸਟਿਕ ਹੋਏਗਾ ਉਹੀ ਤੁਹਾਡੇ ਸਾਹਮਣੇ ਰੱਖਾਂਗਾ ਕੋਈ ਇਸ ਬਾਰੇ ਜਾਣਕਾਰੀ ਹੋਵੇ ਲੈ ਸਕਦੇ ਹੋ ਨੈਕਸਟ ਵੀਡੀਓ ਚ ਫਿਰ ਮਿਲਦੇ ਹਾਂ ਥੈਂਕ ਯੂ ਡਾਕਟਰ ਤੀਰਸਿੰਘ ਲਾਂਟੂ ਐਕਚੁਅਲਾਈਜ਼